ਇਹ ਸਾਨੂੰ ਮਹਿਸੂਸ ਕਰਨਾ ਬਹੁਤ ਜ਼ਰੂਰੀ ਹੈ। ਇਸ ਵਾਸਤੇ ਸਭ ਤੋਂ ਪਹਿਲੀ ਗੱਲ, ਅੱਜ ਤੋਂ ਬਾਅਦ ਇੱਥੇ ਕੋਈ ਵੀ ਬੱਚਾ ਕਦੀ ਇਹ ਨਹੀਂ ਸੋਚੇਗਾ ਕਿ ਮੇਰੇ ਕੋਲ ਇਹ ਚੀਜ਼ ਨਹੀਂ ਹੈ। ਅੱਜ ਤੋਂ ਸੋਚਣਾ ਸ਼ੁਰੂ ਕਰਨਾ ਹੈ ਕਿ ਮੇਰੇ ਕੋਲ ਕੀ ਹੈ। ਨੰਬਰ 2, ਸੈਕਿੰਡ ਪਾਰਟ, ਜਦ ਤੁਸੀਂ ਕਿਸੇ ਚੀਜ਼ ਦੇ ਪਿੱਛੇ ਲੱਗ ਜਾਂਦੇ ਹੋ ਪਰ ਤੁਹਾਡੀ ਸ਼ਰਧਾ, ਤੁਹਾਡੀ ਡਿਵੋਸ਼ਨ, ਤੁਹਾਡੀ ਡੈਡੀਕੇਸ਼ਨ, ਤੁਹਾਡਾ ਪੂਰੀ ਹਿੰਮਤ ਔਰ ਪੂਰੀ ਫੋਰਸ ਉਹਦੇ ਪਿੱਛੇ ਹੁੰਦੀ ਹੈ ਤਾਂ ਤੁਸੀਂ ਉਸ ਚੀਜ਼ 'ਚ ਜ਼ਰੂਰ ਕਾਮਯਾਬ ਹੋਵੋਗੇ। ਕੋਈ ਬੰਦਾ ਕਹਿੰਦਾ ਹੈ ਹਨੀ ਸਿੰਘ ਬੜਾ ਅੱਛਾ ਗਾਉਂਦਾ ਜੀ, ਦਲਜੀਤ ਬੜੀ ਅੱਛੀ ਐਕਟਿੰਗ ਕਰਦਾ ਜੀ, ਸ਼ਾਹਰੁਖ ਖਾਨ ਬੜਾ ਅੱਛਾ ਹੈ ਜੀ। ਹੁਣ ਸ਼ਾਹਰੁਖ ਖਾਨ ਦੇ ਹਕਲਾਂ ਦੀ ਜਿਹੜੀ ਐਕਟਿੰਗ, ਉਹ ਵੀ ਇੱਕ ਆਪਣੇ ਆਪ 'ਚ ਚੀਜ਼ ਬਣ ਗਈ। ਸ਼ਾਹਰੁਖ ਖਾਨ ਕਦੀ ਐਕਟਰ ਨਹੀਂ ਬਣਨਾ ਚਾਹੁੰਦਾ ਸੀ, ਸ਼ਾਹਰੁਖ ਖਾਨ ਬੇਸਿਕਲੀ ਸਪੋਰਟਸ ਪਰਸਨ ਸੀ। ਉਹਨੂੰ ਇੰਜਰੀ ਹੋਈ, ਉਹਨੂੰ ਚੋਟ ਲੱਗੀ, ਡਾਕਟਰ ਨੇ ਕਿਹਾ ਤੁਸੀਂ ਹੁਣ ਨਹੀਂ ਖੇਡ ਸਕਦੇ। ਉਸ ਬੰਦੇ ਨੇ ਕਿਹਾ ਕਿ ਮੈਂ ਖੇਡ ਨਹੀਂ ਸਕਦਾ ਤਾਂ ਮੈਨੂੰ ਫਿਰ ਕੁਛ ਹੋਰ ਕਰਨਾ ਹੈ, ਔਰ ਜੋ ਕੁਛ ਕਰਨਾ ਹੈ ਉਹ ਇੰਨੀ ਸ਼ਰਧਾ ਨਾਲ ਕਰਨਾ ਹੈ ਕਿ ਮੇਰੇ ਬਰਾਬਰ ਕੋਈ ਨਾ ਹੋਏ। ਤੁਹਾਡਾ ਕੰਪੀਟੀਸ਼ਨ ਕਿਸੇ ਬਾਹਰ ਵਾਲੇ ਬੰਦੇ ਦੇ ਨਾਲ ਨਹੀਂ ਹੈ। ਅੱਜ ਸਾਰੇ ਬੱਚੇ, ਭਾਵੇਂ ਫਾਈਨਲ ਈਅਰ ਵਾਲੇ, ਸੈਕਿੰਡ ਈਅਰ ਵਾਲੇ, ਫਸਟ ਈਅਰ ਵਾਲੇ, ਹਰ ਬੱਚੇ ਨੂੰ ਆਦਿ ਪਤਾ ਲੱਗ ਜਾਏ ਤੁਹਾਡਾ ਕੰਪੀਟੀਸ਼ਨ ਕਲਾਸ 'ਚ ਕਿਸੇ ਨਾਲ ਨਹੀਂ ਹੈ, ਤੁਹਾਡਾ ਕੰਪੀਟੀਸ਼ਨ ਕਿਸੇ ਸਹਿਪਾਠੀ ਨਾਲ ਨਹੀਂ ਹੈ, ਤੁਹਾਡਾ ਕੰਪੀਟੀਸ਼ਨ ਕਿਸੇ ਹੋਰ ਨਾਲ ਨਹੀਂ ਹੈ, ਤੁਹਾਡਾ ਕੰਪੀਟੀਸ਼ਨ ਖੁਦ ਦੇ ਨਾਲ ਹੈ। ਤੁਸੀਂ ਕਿਸੇ ਹੋਰ ਨੂੰ ਨਹੀਂ ਦਿਖਾਉਣਾ ਕਿ ਮੈਂ ਕਰ ਲਿਆ ਕਿ ਨਹੀਂ ਕੀਤਾ, ਇਹ ਮੇਰੇ ਕੋਲ ਹੋ ਸਕਦਾ ਕਿ ਨਹੀਂ ਹੋ ਸਕਦਾ। ਕਿਸੇ ਹੋਰ ਨੂੰ ਸੰਸਾਰ 'ਚ ਤੁਸੀਂ ਪ੍ਰੂਵ ਨਹੀਂ ਕਰਨਾ, ਤੁਸੀਂ ਪ੍ਰੂਵ ਆਪਣੇ ਆਪ ਨੂੰ ਕਰਨਾ ਹੈਗਾ। ਜਿਹੜਾ ਬੰਦਾ ਇਹ ਪਹਿਚਾਣ ਜਾਂਦਾ ਹੈ, ਮੈਂ ਪਹਿਲੇ ਦਿਨ ਵੀ ਇਹ ਗੱਲ ਕਹੀ ਸੀ ਜਿਸ ਦਿਨ ਅਸੀਂ ਰੱਖਾ ਸਾਹਿਬ ਦੇ ਨਾਲ ਇਸ ਕਾਲਜ 'ਚ ਆਏ ਸੀ, ਔਰ ਅੱਜ ਇੱਥੋਂ ਦਾ ਮਾਹੌਲ ਦੇਖ ਕੇ, ਇੱਥੋਂ ਦਾ ਚਾਰੋਂ ਤਰਫ ਦਾ ਵਾਤਾਵਰਨ ਦੇਖ ਕੇ, ਆਪ ਜੀ ਦੇ ਲੋਨਸ, ਆਪ ਜੀ ਦਾ ਬਾਹਰ ਦਾ ਪੂਰਾ ਸਿਸਟਮ ਦੇਖ ਕੇ, ਇੱਥੋਂ ਦੀ ਸਾਰੀ ਫਰਨਿਸ਼ਿੰਗ ਦੇਖ ਕੇ, ਨਵਾਂ ਸਿਸਟਮ ਦੇਖ ਕੇ, ਇੰਨਾ ਵਧੀਆ, ਚੰਗੇ ਤੋਂ ਚੰਗੇ ਕਾਲਜ ਦੇ ਅੰਦਰ ਵੀ ਤੁਹਾਨੂੰ ਇਸ ਤਰੀਕੇ ਦਾ ਪੋਡੀਅਮ ਨਹੀਂ ਮਿਲੇਗਾ ਜਿਹੜਾ ਤੁਹਾਡੇ ਕਾਲਜ 'ਚ ਹੈ। ਇਹ ਸਾਰੀਆਂ ਚੀਜ਼ਾਂ, ਇਹ ਕਿਸੇ ਨੇ ਸੋਚ ਪਾਈ, ਔਰ ਜੰਗਲ 'ਚ ਮੰਗਲ ਵਾਲੀ ਗੱਲ ਹੈ। ਜਿਵੇਂ ਫੌਜ 'ਚ, ਫੌਜ 'ਚ ਬੰਦੇ ਜੰਗਲ 'ਚ ਜਾ ਕੇ ਰਹਿੰਦੇ ਆ, ਉੱਥੇ ਘਾਹ ਘੂਹ ਕੱਟ ਕੇ ਪੇੜ ਪੂੜ ਸਿੱਧੇ ਸਾਧੇ ਕਰ ਕਰ ਕਰਕੇ ਰਸਤਾ ਵੀ ਬਣਾ ਲੈਂਦੇ ਆ, ਸਫਲ ਬਣਾ ਲੈਂਦੇ। ਕਿਸੇ ਨੇ ਤਾਂ ਸੋਚ ਪਾਈ, ਇਸ ਤਰੀਕੇ ਦਾ ਪੋਡੀਅਮ ਮੈਂ ਤੁਹਾਨੂੰ ਲਿਖ ਕੇ ਦੇ ਸਕਦਾ, ਚੰਡੀਗੜ੍ਹ ਦੇ ਵੀ 80% ਸਕੂਲ ਜਾਂ ਕਾਲਜਸ 'ਚ ਨਹੀਂ ਹੋਏਗਾ, ਨਹੀਂ ਹੋਏਗਾ। ਕਿਉਂਕਿ ਉਹਦੇ ਵਾਸਤੇ ਸੋਚ ਚਾਹੀਦੀ ਹੈ, ਉਹਦੇ ਵਾਸਤੇ ਸ਼ਰਧਾ ਚਾਹੀਦੀ ਹੈ, ਉਹਦੇ ਵਾਸਤੇ ਡੈਡੀਕੇਸ਼ਨ ਚਾਹੀਦੀ ਹੈ, ਉਹਦੇ ਵਾਸਤੇ ਡਿਵੋਸ਼ਨ ਚਾਹੀਦੀ ਹੈ, ਉਹਦੇ ਵਾਸਤੇ ਡਾਇਰੈਕਸ਼ਨ ਚਾਹੀਦੀ ਹੈ, ਉਹਦੇ ਵਾਸਤੇ ਸੈਲਫ ਕਨਵਿਕਸ਼ਨ ਔਰ ਮੋਟੀਵੇਸ਼ਨ ਚਾਹੀਦਾ ਹੈ। ਅੰਦਰੋਂ ਆਵਾਜ਼ ਆਉਣੀ ਚਾਹੀਦੀ ਕਿ ਸਾਡਾ ਕਾਲਜ ਇਹ ਕਰ ਸਕਦਾ ਹੈ, ਇਸ ਕਾਲਜ ਦਾ, ਇਸ ਇਲਾਕੇ ਦਾ, ਇਸ ਹਲਕੇ ਦਾ। ਮੈਂ ਉਹੀ ਗੱਲ ਨੂੰ ਦੁਬਾਰਾ ਰਿਪੀਟ ਕਰਦਾ ਜਿਹੜੀ ਮੈਂ ਰੱਖਾ ਸਾਹਿਬ ਦੇ ਸਨ ਨੇ ਉਸ ਦਿਨ ਵੀ ਕਹੀ ਸੀ, ਅਗਰ ਕਿਸੇ ਬੱਚੇ ਨੂੰ ਯਾਦ ਹੈ। ਕੋਈ ਫਰਕ ਨਹੀਂ ਪੈਂਦਾ ਮੈਂ ਕਿਹੜੇ ਪਿੰਡ 'ਚ ਰਹਿਣਾ, ਕੋਈ ਫਰਕ ਨਹੀਂ ਪੈਂਦਾ ਕਿ ਮੈਂ ਕਿਹੜੇ ਪਰਿਵਾਰ 'ਚ ਹਾਂ, ਕੋਈ ਫਰਕ ਨਹੀਂ ਪੈਂਦਾ ਕਿ ਮੈਂ ਕੌਣ ਹਾਂ, ਫਰਕ ਇਹ ਪੈਂਦਾ ਕਿ ਮੈਂ ਆਪਣੇ 24 ਘੰਟੇ ਦਾ ਇਸਤੇਮਾਲ ਕਿੱਦਾਂ ਕਰ ਰਿਹਾ ਹਾਂ। ਇੰਟਰਨੈਟ ਕਨੈਕਸ਼ਨ ਖਰਾਬ ਚੀਜ਼ਾਂ ਵਾਸਤੇ ਵੀ ਬਣਿਆ ਹੈ। ਕੁਝ ਬੰਦੇ ਸਵੇਰੇ ਉੱਠਦੇ ਖਰਾਬ ਚੀਜ਼ਾਂ ਇੰਟਰਨੈਟ 'ਤੇ ਦੇਖਣੀਆਂ ਸ਼ੁਰੂ ਕਰ ਦਿੰਦੇ ਨੇ, ਜਿਨ੍ਹਾਂ ਦੀ ਅਸ਼ਲੀਲ, ਜਿਨ੍ਹਾਂ ਦਾ ਕੋਈ ਮਤਲਬ ਨਹੀਂ, ਕੋਈ ਚੀਜ਼ ਨਹੀਂ। ਕੁਝ ਬੰਦੇ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਨੂੰ 1 ਘੰਟੇ ਵਾਸਤੇ ਇੰਟਰਨੈਟ ਮਿਲਦਾ ਹੈ ਔਰ ਉਹ 1 ਘੰਟੇ 'ਚ ਇੰਨੀ ਬਰਾਊਜ਼ਿੰਗ ਕਰਦੇ ਨੇ, ਆਪਣੇ ਆਪ ਨੂੰ ਕੈਨੇਡਾ ਨਾਲ ਵੀ ਜੋੜ ਦਿੰਦੇ ਨੇ, ਆਪਣੇ ਆਪ ਨੂੰ ਅਮੈਰੀਕਾ ਨਾਲ ਵੀ ਜੋੜ ਲੈਂਦੇ ਨੇ। ਔਰ ਮੈਂ ਕਈ ਵਾਰੀ ਇਸ ਚੀਜ਼ ਨੂੰ ਮਹਿਸੂਸ ਕਰਕੇ ਦੇਖਦਾ, ਸ਼ਾਇਦ ਇੰਨੀ ਪੜ੍ਹਾਈ ਲਿਖਾਈ ਕਰਨ ਤੋਂ ਬਾਅਦ ਵੀ ਮੈਨੂੰ ਸੰਸਾਰ ਦੀਆਂ ਬਹੁਤ ਸਾਰੀ ਚੀਜ਼ਾਂ ਦਾ ਕਦੀ ਪਤਾ ਨਹੀਂ ਲੱਗਣਾ ਸੀ ਇਸ ਸੰਸਾਰ ਤੋਂ ਜਾਣ ਤੋਂ ਪਹਿਲੇ, ਅਗਰ ਇੰਟਰਨੈਟ ਕਨੈਕਸ਼ਨ ਨਾ ਹੁੰਦਾ। ਅਗਰ ਇੰਟਰਨੈਟ ਕਨੈਕਸ਼ਨ ਅੱਜ ਹੈਗਾ ਤੇ ਹਰੇਕ ਬੱਚਾ ਇਸ ਗੱਲ ਨੂੰ ਮਹਿਸੂਸ ਕਰੇ। ਕੋਈ ਸਬਜੈਕਟ, ਜਿਹੜੇ ਬੱਚਿਆਂ ਨੂੰ ਮੈਥਮੈਟਿਕਸ ਦਾ ਸ਼ੌਕ ਹੈ, ਸਲਮਾਨ ਖਾਨ ਅਕੈਡਮੀ, ਉਹਦਾ ਨਾਂ ਹੈ ਖਾਨ ਅਕੈਡਮੀ ਅਮੈਰੀਕਾ 'ਚ, ਔਰ ਉਹ ਅਵੇਲੇਬਲ ਹੈਗੀ ਹੈ ਇੰਟਰਨੈਟ ਦੇ ਉੱਤੇ। ਮੈਥਮੈਟਿਕਸ ਖੁਦ ਹੀ ਪੜ੍ਹ ਸਕਦੇ ਹੋ, ਖੁਦ ਹੀ ਸਿੱਖ ਸਕਦੇ ਹੋ, ਖੁਦ ਹੀ ਸੋਲੂਸ਼ਨ ਕਰ ਸਕਦੇ ਹੋ ਸਭ ਕੁਝ। ਉਹ ਬੰਦਾ ਕਿੱਥੋਂ ਦਾ ਕਿੱਥੇ, ਕਿੱਥੇ ਦਾ ਕਿੱਥੇ ਲੈ ਗਿਆ, ਜਿਹੜੇ ਬੰਦੇ ਕਹਿੰਦੇ ਸੀ ਸਾਨੂੰ ਮੈਥਮੈਟਿਕਸ ਆਉਂਦਾ ਹੀ ਨਹੀਂ। ਇੱਕ ਸ਼ਖਸ ਹੈਗਾ ਜੇ ਬਚਪਨ ਤੋਂ ਪੋਲੀਓ ਹੈ, ਬਚਪਨ ਤੋਂ ਪੋਲੀਓ, ਉਹਦੀ ਟੰਗ ਕੰਮ ਨਹੀਂ ਕਰਦੀ, ਜਦੋਂ ਸਟੇਜ 'ਤੇ ਆਉਂਦਾ ਹੈ ਤਾਂ ਇਸ ਤਰ੍ਹਾਂ ਚੱਲਦਾ ਹੈ, ਬੜੇ ਔਖੇ ਨਾਲ, ਬੜੇ ਮੁਸ਼ਕਲ ਨਾਲ ਚੱਲਦਾ ਹੈ।